पहला असी धन्नवाद करते हैं सारे ट्रक ऑपरेटर का। उस तो बाद मेरी टीम भाई सरबजीत माल जी, भाई करनी रिंकू, भाई सेवक सिंह जी उन्हीं जिन्होंने मेरे नाल मेरे ते इन्ना कु भरोसा जताया कि इस अहुदे दे काबिल समझे। प्रधानगी दे तौर ते मैं गुरदास सिंह चक बख्तू ते वाइस प्रेजीडेंट मेरा वीर सरबजीत सिंह जी माहल तोंगाली। हाँ जी, किन्ने ट्रक ऑपरेटर है जी इस जमीन ते? 200 दे करीब ट्रक ऑपरेटर ने। ਤੁਹਾਡੇ ਨਾਲ ਇਸ ਵਕਤ ਕਿੰਨੇ ਟਰੱਕ ਆਪਰੇਟਰਾਂ ਤੇ ਵਿਰੋਧ ਕਿੰਨੇ ਕਰ ਰਹੇ ਨੇ? ਅਸੀਂ ਤਾਂ ਇਹੀ ਕਹਿ ਰਹੇ ਹਾਂ ਵੀ ਸਾਡੇ ਨਾਲ ਸਾਰੇ ਆ, ਉਹਨਾਂ ਦੀ ਸਹਿਮਤੀ ਨਾਲ ਹੀ ਸਾਨੂੰ ਅੱਜ ਪ੍ਰਧਾਨਗੀ ਦੀ ਸੀਟ ਤੇ ਬਿਠਾਇਆ ਗਿਆ। ਨਹੀਂ, ਕੁਝ ਟਰੱਕ ਆਪਰੇਟਰਾਂ ਤੋਂ ਜਾਮ ਵਗੈਰਾ ਲਾ ਰਹੇ ਨੇ। ਦੇਖੋ ਜੀ, ਜਦੋਂ ਵੀ ਕੋਈ ਨਵੀਂ ਚੀਜ਼ ਹੁੰਦੀ ਹੈ ਕਿਸੇ ਨੂੰ ਤਾਂ ਕੋਈ ਤਕਲੀਫ ਹੋ ਜਾਂਦੀ ਇੱਕ ਦੋ ਨੂੰ। ਉਹ ਵੈਸੇ ਸਾਰੇ ਭਰਾ ਸਾਡੇ ਨਾਲ ਨੇ, ਸਾਰੇ ਸਮਰਥਨ ਦੇ ਕੇ ਗਏ ਨੇ। ਸਾਰਿਆਂ ਨੇ ਅੱਜ ਸਪੈਸ਼ਲ ਦਾ ਕੋਈ ਕੰਮ ਚੱਲ ਰਿਹਾ ਸੀ ਤਾਂ ਕਰਕੇ ਉੱਥੇ ਥੋੜ੍ਹੇ ਬਿਜ਼ੀ ਸੀ, ਨਹੀਂ ਸਾਰੇ ਇਸ ਇਕੱਠ ਦੇ ਵਿੱਚ ਇਕੱਠੇ ਹੋਣੇ ਸੀ। मैं तो यही चाह भी कहना चाहना है जिहड़ा साडे ते जिम्मेवारी दित्ती गई है मेरे वड्डे छोटे वीर गुरदास ते उधर मैनू जिम्मेवारी असी तन देनी नाल नमावांगे। इस तों पहलां भी जिहड़ी साडी पंज मैंबरी कमेटी सी उहदे विच भी हाल तां कोई भी एक रुपये का भी कोई बंदा सबूत लियावे आपां इस टाइम ऑन दी स्पॉट ਰਿਜਾਇਨ ਕਰ ਦਿਆਂਗੇ। ਇੱਕ ਇੱਕ ਰੁਪਈਆ ਆਪਰੇਟਰਾਂ ਨੂੰ ਦਿੱਤਾ ਹੈਗਾ ਜਿਹੜਾ ਪਿਛਲੇ ਸਾਲ ਨਾਲੋਂ ਜਾਣੀ ਕਿ ਵੀ 50 ਲੱਖ ਰੁਪਈਆ ਵਾਧਾ ਹੋਇਆ ਪਿਛਲੇ ਸੀਜ਼ਨ ਨੂੰ। ਸਿਸਟਮ ਹੈ ਵੀ ਕੰਮ ਚਲਾਉਣ ਵਾਸਤੇ 5 ਮੈਂਬਰੀ ਕਮੇਟੀ ਬਣਾਈ ਗਈ ਸੀ ਤਕਰੀਬਨ ਜਿਵੇਂ ਹੁਣ ਆਲ ਪੰਜਾਬ 'ਚ ਜਿੱਥੇ ਵੀ ਕਮੇਟੀਆਂ ਸੀ ਉਹ ਕਮੇਟੀਆਂ ਭੰਗ ਕਰਕੇ ਉਸ ਤੋਂ ਬਾਅਦ ਪ੍ਰਧਾਨ ਅਤੇ ਵਾਈਸ ਪ੍ਰਧਾਨ ਵੀ ਲਾਏ ਜਾ ਰਹੇ ਜੀ। 5 ਮੈਂਬਰੀ ਕਮੇਟੀ ਦੇ ਉਹਦੇ 'ਚ ਤੁਹਾਡੇ ਨਾਲ ਕਿੰਨੇ ਬੰਦੇ ਨੇ ਅਤੇ ਵਿਰੋਧ ਕਿੰਨੇ ਕਰ ਰਹੇ ਨੇ? ਉਹ ਤਾਂ ਜੀ ਵੇਖੋ ਵੀ ਇਸ ਟਾਈਮ ਮਤਲਬ ਕਿ ਜਿਵੇਂ ਕੁਛ ਬੰਦੇ ਸਾਡੇ ਨਾਲ ਨੇ, ਇੱਕ ਦੋ ਬੰਦੇ ਵਿਰੋਧ ਵੀ ਕਰ ਰਹੇ ਨੇ, ਪਰ ਉਹਨਾਂ ਨੂੰ ਸਾਡੇ ਵੱਲੋਂ ਖੁੱਲ੍ਹਾ ਸੱਦਾ ਹੈ, ਅਸੀਂ ਉਹਨਾਂ ਨੂੰ ਨਾਲ ਲੈ ਕੇ ਵੀ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਨਹੀਂ ਜੀ, ਉਹਦਾ ਉਹ ਜਿਹੜਾ ਜਾਮ ਉਹਨਾਂ ਦਾ ਕੋਈ ਚੱਕਰ ਨਹੀਂ ਗਾ, ਜਾਮ ਸਪੈਸ਼ਲ ਲੱਗੀ ਹੈ ਉਹਨਾਂ ਦਾ। ਹੋ ਸਕਦਾ ਵੀ ਠੇਕੇਦਾਰ ਨਾਲ ਕੋਈ ਡਿਸਪਿਊਟ ਰੇਟ ਦੇ ਕਰਕੇ ਜਾਮ ਵੀ ਲਾਇਆ ਜਾ ਰਿਹਾ। ਨਵਾਂ ਲਿਆ ਕੇ ਪ੍ਰਧਾਨ ਬਣਾਤਾ ਜੀ ਉੱਥੇ, ਉਹਦੇ ਨਾਲ ਟਰੱਕ ਆਪਰੇਟਰ ਵੀ ਨਹੀਂ ਕੋਈ, ਸਾਰੇ ਟਰੱਕ ਆਪਰੇਟਰ ਇੱਥੇ ਆ ਜੀ, ਬਸ ਇਹੀ ਹੈ ਜੀ। 220 ਟਰੱਕ ਆ ਜੀ ਇੱਥੇ, ਮਤਲਬ 40 ਕੁ ਆਪਰੇਟਰ ਆ ਜੀ, 40-50 ਦੇ ਲਗਭਗ। ਅਤੇ ਇੱਥੇ ਪਹਿਲਾਂ 5 ਮੈਂਬਰੀ ਸੀਗੀ, ਇੱਕ ਆਮ ਆਦਮੀ ਪਾਰਟੀ ਦਾ ਵਰਕਰ ਦਿੱਤਾ ਹੋਇਆ ਸੀਗਾ ਜੀ ਸਾਨੂੰ, ਸਰਬਜੀਤ ਸਿੰਘ ਮਾਹਲ, ਅਤੇ ਦੂਜੇ ਅਸੀਂ 4 ਅਸੀਂ ਟਰੱਕ ਯੂਨੀਅਨ 'ਚੋਂ ਸੀਗੇ ਜੀ। ਇੱਥੇ ਪ੍ਰਧਾਨ ਗੁਰਦਾਸ ਸਿੰਘ ਆ ਜੀ, ਉਹਨੂੰ ਥੋਪਿਆ ਜੀ ਸਾਡੇ 'ਤੇ। ਹਾਂ, ਨਹੀਂ ਜੀ ਅਸੀਂ ਕੋਈ ਟਰੱਕ ਆਪਰੇਟਰ ਉਹਨੂੰ, ਅਸੀਂ ਕੀ ਜੀ, ਕੋਈ ਵੀ ਟਰੱਕ ਆਪਰੇਟਰ ਨਹੀਂ ਸਾਡਾ ਉਹਨੂੰ ਮੰਨਦਾ ਜੀ, ਨਾ ਸਾਡਾ ਟਰੱਕ ਆਪਰੇਟਰ ਹੁਣ ਯੂਨੀਅਨ ਦੇ ਵਿੱਚ ਕੋਈ ਹੈਗਾ ਜੀ, ਸਾਰੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਬੁਲਾਏ। ਹਾਂ ਜੀ ਹਾਂ ਜੀ, ਸਾਡੇ ਫਿਰ ਹੁਣ ਜੀ ਇਹ ਨਵਾਂ ਜੀ ਰੂਲ ਚੱਲਿਆ ਵਾ ਜੀ। ਨਹੀਂ ਜੀ, ਉਹਦੇ ਕੋਲ ਕੋਈ ਟਰੱਕ ਨਹੀਂ ਜੀ, ਉਹਦਾ ਕਾਰ ਬਾਜ਼ਾਰ ਦਾ ਕੰਮ ਕਰਦਾ ਜੀ, ਕੈਂਚੀਆਂ ਦੀ ਦੁਕਾਨ ਆ ਜੀ ਉਹਦੀ। ਹਾਂ ਜੀ, ਉੱਥੇ ਜੀ ਡਾਂਗਾ ਲਈ ਬੈਠੇ ਜੀ, ਉਹ ਪ੍ਰਸ਼ਾਸਨ ਖੜਾਈ ਖੜਿਆ ਜੀ, ਉੱਥੇ ਪੁਲਿਸ ਖੜਾਈ ਖੜਿਆ ਜੀ ਸਾਨੂੰ। ਅਸੀਂ ਤਾਂ ਕੱਲ੍ਹ ਆਪਦੀ ਪਕਾਰ ਕਰੀ ਸੀਗੀ, ਸਪੈਸ਼ਲ ਸੀਗੀ ਆ ਟਰੱਕਾਂ 'ਚ ਸਪੈਸ਼ਲ ਹੀ ਲਾਈ ਜਾਂਦੇ ਸੀ ਸਾਡੀ, ਅਸੀਂ ਤਾਂ ਪਕਾ ਸਾਨੂੰ ਤਾਂ ਪਤਾ ਵੀ ਨਹੀਂ ਸੀ, ਤੜਕਿਆ ਉਹਦੇ ਪ੍ਰਸ਼ਾਸਨ ਆ ਗਿਆ, ਬੰਦੇ ਆ ਗਏ ਬਾਹਰਲੇ ਜੀ। ਮੰਗ ਤਾਂ ਸਾਡੀ ਇਹ, ਸਾਡੀ ਯੂਨੀਅਨ ਸਾਡੀ ਛਡਵਾਈ ਜਾਵੇ ਜੀ ਇਹਨਾਂ ਤੋਂ, ਅਤੇ ਨਹੀਂ ਫਿਰ ਅਸੀਂ ਤਾਂ ਕਿਤੇ ਬਾਹਰ ਬੈਠਾਂਗੇ ਜੀ, ਫਿਰ ਹੋਰ ਹਾਲੇ ਨਹੀਂ। ਸਮਾਂ ਤਾਂ ਐਂ ਜੀ, ਅਸੀਂ ਤਾਂ ਰੋਸ ਪ੍ਰਦਰਸ਼ਨ ਕਰਦੇ ਹਾਂ ਜੀ, ਸਮਾਂ ਤਾਂ ਹੁਣ ਨਹੀਂ। ਸਾਡੀ SSP ਸਾਹਿਬ ਨਾਲ ਗੱਲ ਹੋਈ ਸੀਗੀ ਜੀ, ਅਸੀਂ ਗੱਲ ਕਰੀ ਸੀਗੀ, ਉਹ ਕਹਿੰਦੇ ਸੀ ਮੈਂ ਵੀ ਗੱਲ ਕਰਕੇ ਤੁਹਾਨੂੰ ਦੱਸਦਾ ਜੀ, ਉਹਨਾਂ ਨੇ ਕੋਈ ਮੈਸੇਜ ਨਹੀਂ ਆਇਆ ਜੀ ਸਾਨੂੰ, ਹੋਰ ਨਹੀਂ ਸਾਡੇ ਨਾਲ ਆ ਕੁਛ ਹੋਊਗਾ ਜੀ। ਸਾਨੂੰ ਤਾਂ ਅੱਜ ਸਵੇਰੇ ਪਤਾ ਲੱਗਿਆ, ਜਦੋਂ ਬਾਹਰਲੇ ਬੰਦੇ ਆ ਕੇ ਬਹਿ ਗਏ ਤਾਂ ਸਾਨੂੰ ਬਾਹਰ ਕੱਢਿਆ ਗਿਆ। ਹਾਂ, ਮਾਨ ਸਾਹਿਬ ਨੇ ਕਿਹਾ ਸੀਗਾ ਜੀ, ਇਸ ਤਾਂ ਲੋਕਾਂ ਦੇ ਕੰਮ ਕਰਨੇ, ਪ੍ਰਧਾਨੀਆਂ ਨਹੀਂ ਲੈਣੀਆਂ, ਪਰ ਸਾਡੇ ਨਾਲ ਉਲਟ ਹੋ ਰਿਹਾ ਜੀ। ਹੈ ਜੀ, ਹਾਂ ਜੀ ਹਾਂ ਜੀ ਹਾਂ, ਅਸੀਂ ਵੀ ਆਮ ਆਦਮੀ ਪਾਰਟੀ ਦੇ ਹੀ ਹਾਂ ਜੀ। ਕੁਲਦੀਪ ਸਿੰਘ, ਮੈਂ ਕਮੇਟੀ ਮੈਂਬਰ ਹਾਂ ਜੀ, ਅਸੀਂ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਜੀ, ਆਮ ਆਦਮੀ ਵੋਟਾਂ ਪਾ ਕੇ ਅਸੀਂ MLA ਸਾਹਿਬ ਬਣਾਇਆ ਸੀ, ਸਾਨੂੰ ਸਾਡੀ ਕਮੇਟੀ ਬਣਾ ਦਿੱਤੀ ਸੀ ਟਰੱਕ ਯੂਨੀਅਨ ਦੀ, MLA ਸਾਹਿਬ ਨੇ 5 ਮੈਂਬਰੀ ਕਮੇਟੀ ਬਣਾਈ ਸੀ, 4 ਅਸੀਂ ਟਰੱਕ ਯੂਨੀਅਨ ਵਿੱਚ ਕਮੇਟੀ ਮੈਂਬਰ ਸੀ, 5ਵਾਂ ਸਾਡੇ ਸਰਬਜੀਤ ਸਿੰਘ ਮਾਲ ਸੀਗੇ ਜੀ ਨਾਲ, ਉਹ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸੀਗੇ। ਸਾਡੀ 5 ਮੈਂਬਰੀ ਕਮੇਟੀ ਬਹੁਤ ਵਧੀਆ ਚੱਲ ਰਹੀ ਸੀ, ਵਧੀਆ ਜੀ ਸਾਡਾ ਕੰਮ ਚੱਲ ਰਿਹਾ ਸੀਗਾ, ਅਤੇ ਅੱਜ ਅਚਾਨਕ
पता नहीं क्यों भी साढ़े तक मतलब प्रधान थोपिया जा रहा है, पुलिस प्रशासन की शह से प्रशासन की शह नाल साढ़े तक प्रधान थोपिया जा रहा है जिन्हों साडे ट्रक ऑपरेटर नहीं मनना चाहते। असी नहीं मनना चाहते क्योंकि साड़ी ट्रक यूनियन के मैंबर की कमेटी बनी हुई है तो असी उन्होंने प्रधान नहीं मनना चाहते जी। ऑपरेटर भरावों तो पूछा जाए नहीं, वैसे सानू तो मन साडे ऑपरेटर भरा खुश है जी, साड़ी कमेटी तो साड़ी कमेटी तो खुश है जी। तो बाकी तुसी ऑपरेटर नूं पुछ सकते हो जे कोई किसी नाराजगी है तो पुछ सकते हो। हाँ जी, धरना लंबा समा जारी रहूगा जिन्ना चिर सानू इंसाफ नहीं मिलता। साड़ी ट्रक यूनियन खाली नहीं करवाई जाती, सानू साड़ी ट्रक यूनियन खाली करवा के दी जाए। असी आपदी ट्रक यूनियन दे विच बैठीए जी, सानू आपदा काम करन दित्ता जाए।